ਆਦਿਕਿਆ ਕਦਾ ਕਹਾਣੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਨਸ ਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਹਕ ਰਾਗੰਜੂਰ ਗੁਰ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ ਹੱਕ ਹੱਕ ਆਂਦੇਸ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਸੱਬੇ ਇਕਬਾਤ ਸੱਬੇ ਬਰਕਤ ਰੋਸ਼ਨੀ ਚਿਰਾਗ ਮੁਰਸ਼ਿਦ ਕਾਮਲ ਨੂਰੇ ਨਜ਼ਰ ਬਰਦ ਆਲਮ शाह شاہ ਹਸ਼ਨ ਸ਼ਾ ਵਲੀਦੁ ਜ਼ਹਾਨ ਸਰਵਰੇ ਕਾਇਨਾਤ ਮਜਸਮਾਏ ਆਬੇ ਹਯਾਤ ਸਾਰੀ ਮਨੁਖਤਾ ਦੇ ਸਾਂਝ ਰਹਿਬਰ ਪਰਮ ਸਨਮਾਨਯੋਗ ਸਾਹਿਬ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਇਆਲਤਾ ਦਾ ਸਦਕਾ ਜੋ ਆਪਾਂ ਸਭਨਾ ਨੂੰ ਸਤਿਗੁਰਾਂ ਦੇ ਹਜ਼ੂਰ ਉਸ ਮਾਲਕ ਦੀ ਵਡਿਆਈ ਉਸਤਤ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਮਾਲਕ ਨੇ ਕਿਰਪਾ ਕੀਤੀ ਹੈ ਮੇਰਾਮਤ ਕੀਤੀ ਹੈ ਅੱਜ ਆਪਾਂ ਦਸਮ ਗੁਰਦੇਵ ਕਲਗੀ ਤਰਪਤਾ ਬਾਜਾਂ ਵਾਲੇ ਸਤਿਗੁਰੂ ਬਾਦਸ਼ਾਹ ਦਰਬੇਸ਼ ਮਾਲਕ ਮਰਦ ਅਗਮੜੇ ਆਪੇ ਗੁਰਚੇਲਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣਾਂ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ ਆਪਾਂ ਜੋ ਬਚਨ ਨੇ ਉਹ ਸਾਂਝੇ ਕਰਨੇ ਨੇ ਉਸ ਇਤਿਹਾਸ ਤੇ ਨਾਲ ਆਪਾਂ ਜੁੜਨ ਦਾ ਯਤਨ ਕਰਨਾ ਹੈ ਤੋ ਕਰੋ ਕਿਰਪਾ ਬਖਸ਼ੋ ਅਸੀਸ ਵਿਚਾਰਾਂ ਦੀ ਪ੍ਰారంਭਤਾ ਕਰਨ ਤੋਂ ਪਹਿਲਾਂ ਸਹਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਵੇਖ ਸਾਰਾਂ ਯਾਰ ਹਕਰਾ ਗੰਜੂਰ ਜ਼ੁਮਲਾ ਫੈਜ਼ੇ ਨੂਰ ਬਾਜਾਂ ਵਾਲੇ ਸਤਿਗੁਰੂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਗੁਰੂ ਕਲਗੀ ਤਰਪਾਤਸ਼ਾਹ ਮਹਾਰਾਜ ਜੀ ਹੁਣਾਂ ਦੇ ਜਦੋਂ ਆਪਾਂ ਗੁਰਤਾ ਗੱਦੀ ਦੇ ਸਬੰਧ ਵਿੱਚ ਇਤਿਹਾਸ ਨੂੰ ਪੜਾਂਗੇ ਦਰਸ਼ਨ ਕਰਾਂਗੇ ਤਾਂ ਸੁਭਾਵਕ ਹੈ ਕਿ ਉਹਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦਾ ਸ਼ਹਾਦਤ ਵਾਲੇ ਪਾਸੇ ਨੂੰ ਚਲਣਾ ਉਹ ਵੀ ਇਤਿਹਾਸ ਸਾਨੂੰ ਜਿਹੜਾ ਉਹ ਨਜ਼ਰ ਆਇਆ ਕ ਧੰਨ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ 1665 ਮਹਾਰਾਜ ਦਾ ਪ੍ਰਕਾਸ਼ ਹੈ ਪਟਨਾ ਸਾਹਿਬ ਦੀ ਧਰਤੀ ਦਾ ਔਰ ਨਵੰਬਰ 1675 ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਹੁਣ ਜਦੋਂ ਅਸੀਂ ਇਸ ਸਮੇਂ ਨੂੰ ਵੇਖਦੇ ਹਾਂ ਤਾਂ ਇਹ ਲਗਭਗ 9 ਸਾਲ ਦਾ ਸਮਾਂ ਬਣਦਾ ਜਿਸ ਵਿੱਚ ਧੰਨ ਗੁਰੂ ਕਲਗੀ ਤਰਪਾਤਸਾ ਮਹਾਰਾਜ ਦੀ ਜੋ ਸਰੀਰਕਾਰ ਬਲਾਇਆ ਉਹ 9 ਸਾਲ ਦੀ ਹੈ। ਔਰ ਗੁਰਤਾ ਗੱਦੀ ਦੀ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਰਿਆਦਾ ਆ ਇੱਕ ਚੇਤਾ ਜ਼ਰੂਰ ਰੱਖਣਾ ਰਸਮ ਤੇ ਮਰਿਆਦਾ ਵਿੱਚ ਫਰਕ ਹੁੰਦਾ ਹੈ। ਰਸਮੋ ਰਿਵਾਜ ਸਾਡੇ ਦੁਨੀਆਦਾਰ ਲੋਕਾਂ ਦੇ ਹੁੰਦੇ ਆ। ਅਸੀਂ ਉਹ ਰਸਮਾਂ ਨਿਭਾਉਂਦੇ ਹਾਂ। ਲੇਕਿਨ ਗੁਰੂ ਘਰ ਦੇ ਵਿੱਚ ਮਰਿਆਦਾ ਹੁੰਦੀ ਹੈ ਇਸੇ ਕਰਕੇ ਜੋ ਆਨੰਦ ਕਾਰਜ ਆ ਗੁਰਮਤ ਦਾ ਸ਼ਬਦ ਹੈ ਵੀ ਰਸਮ ਨਹੀਂ ਹੈ ਮਰਿਆਦਾ ਹੈ ਰਸਮੋ ਰਿਵਾਜ ਸਾਡੇ ਦੁਨੀਆਦਾਰਾਂ ਦੇ ਆ ਉਹ ਟੁੱਟਦੇ ਰਹਿੰਦੇ ਆ ਭੱਜਦੇ ਰਹਿੰਦੇ ਆ ਬਦਲਦੇ ਰਹਿੰਦੇ ਆ ਤਬਦੀਲ ਹੁੰਦੇ ਰਹਿੰਦੇ ਆ ਐਸਾ ਕੁਝ ਹੁੰਦਾ ਤਾਂ ਹੁਣ ਜਦੋਂ ਅਸੀਂ ਗੁਰਤਾ ਗੱਦੀ ਦੀ ਮਰਿਆਦਾ ਗੁਰੂ ਘਰ ਵਿੱਚ ਜੋ ਨਿਭਦੀ ਆ ਉਸ ਬਾਬਤ ਸਮਝਦੇ ਆ ਕਿਉਂਕਿ ਜਿਸ ਵਕਤ ਔਰੰਗਜ਼ੇਬ ਨੇ ਇੱਕ ਕਰੜਾਈ ਕੀਤੀ ਹੈ ਕਿ ਮੈਂ ਸਾਰੇ ਪਾਸੇ ਇੱਕੋ ਹੀ دین ਵੇਖਣਾ ਇੱਕੋ ਹੀ ਧਰਮ ਬਾਕੀ ਸਭ ਜਿਹੜੇ ਨੇ ਮਟਾ ਸੁੱਟਣੇ ਆ। ਔਰ ਇਹਦੀ ਸ਼ੁਰੂਆਤ ਉਹਨਾਂ ਨੇ ਕਸ਼ਮੀਰ ਤੋਂ ਕੀਤੀ ਹੈ। ਕਿਉਂ ਕੀਤੀ ਆ ਕਿ ਜਿਹੜੇ ਆਗੂ ਲੋਕ ਆ ਜਿਵੇਂ ਮਹਾਤਮਾ ਬੁੱਧ ਜੀ ਸੀ ਤਾਂ ਮਹਾਤਮਾ ਬੁੱਧ ਦਾ ਜਦੋਂ ਚੇਲਾ ਅਸ਼ੋਕ ਸਮਰਾਟ ਵਰਗੇ ਬਣੇ ਰਾਜਿਆਂ ਨੇ ਉਸ ਧਰਮ ਨੂੰ ਧਾਰਨ ਕੀਤਾ ਤੇ ਪਰਜਾ ਆਪਣੇ ਆਪ ਉਸ ਧਰਮ ਵਿੱਚ ਕਨਵਰਟ ਹੋ ਗਈ ਤਾਂ ਜਿਨ੍ਹਾਂ ਨੂੰ ਲੋਕ ਆਗੂ ਮੰਨਦੇ ਆ ਧਰਮਕ ਆਗੂ ਜਿਨ੍ਹਾਂ ਨੂੰ ਅਗਵਾਈ ਕਰਨ ਵਾਲੇ ਮੰਨਦੇ ਜਿਨ੍ਹਾਂ ਤੋਂ ਸਿੱਖਿਆ ਲੈਣੀ ਸੀ ਜਿਹੜੇ ਲੋਕ ਧਰਮ ਦਾ ਪਾਠ ਪੜ੍ਹਾਉਂਦੇ ਸੀ ਵੀ ਇਹ ਧਰਮ ਇਸ ਤਰ੍ਹਾਂ ਹੈ ਇਸ ਤਰ੍ਹਾਂ ਇਹਨੂੰ ਧਾਰਨ ਕਰੋ ਉਹਨਾਂ ਆਖਿਆ ਉਹਨਾਂ ਨੂੰ ਹੀ ਪਕੜਿਆ ਜਾਏ ਪਹਿਲਾਂ ਔਰ ਉਹਨਾਂ ਨੂੰ ਇਸ ਗੱਲ ਲਈ ਤਿਆਰ ਜਿੱਥੇ ਉਹ ਪਹਿਲਾਂ Hindu ਧਰਮ ਲਈ ਗੱਲ ਕਰਦੇ ਹੋ ਆਪੇ ਆਖਣ ਨਹੀਂ ਨਹੀਂ ਤੁਸੀਂ ਇਸਲਾਮ ਨੂੰ ਧਾਰਨ ਕਰੋ ਤਾਂ ਸਾਨੂੰ ਇੰਨਾ ਜ਼ਿਆਦਾ ਜ਼ੋਰ ਨਹੀਂ ਲਾਉਣਾ ਪੈਗਾ ਔਰ ਇਹ ਲੋਕ ਸਾਰੇ ਦੇ ਸਾਰੇ ਆਪਣੇ ਆਪ ਜਿਹੜਾ ਧਰਮ ਛੱਡ ਜਾਣਗੇ ਤੇ ਇਸ ਧਰਮ ਵਿੱਚ ਆ ਜਾਣਗੇ ਹੁਣ ਉਹ ਲੋਕ ਜਦੋਂ ਉਹਨਾਂ ਦੇ ਉੱਤੇ ਆਪਣੇ ਵੱਲੋਂ ਔਰੰਗਜ਼ੇਬ ਨੇ ਹੁਕਮ ਚਾੜ੍ਹਿਆ ਸ਼ਕਤੀ ਕੀਤੀ ਤਾਂ ਉਸ ਵਕਤ ਫਿਰ ਉਹਨਾਂ ਨੇ ਕੁਛ 6 ਮਹੀਨੇ ਦਾ ਟਾਈਮ ਵਕਤ ਮੰਗਿਆ ਬੜੀਆਂ ਥਾਵਾਂ ਤੇ ਜਾ ਕੇ ਨੱਕ ਗੋਡਾ ਰਗੜਿਆ ਪਰ ਕਿਸੇ ਨੇ ਬਾਹ ਨਾ ਫੜੀ ਔਰ ਉਹ ਲੋਕ ਅਜ ਚੱਲ ਕੇ ਫਿਰ ਦੱਸ ਪਈ ਮਾਲਕ ਦੇ ਦਰ ਦੀ ਕਿਉਂਕਿ ਜਿੰਨੂੰ ਕਿਤੇ ਨਾ ਢੋਈ ਮਿਲੇ ਜਿੰਨੂੰ ਕਿਤੇ ਨਾ ਥਾਂ ਮਿਲੇ ਇੱਕ ਮਾਲਕ ਦਾ ਘਰ ਆ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਇਹ ਉਹ ਸੁਆਮੀ ਦਾ ਮਾਲਕ ਦਾ ਬਿਰਦ ਆ ਤਾਂ ਉਹ ਜਦੋਂ ਚੱਲ ਕੇ ਆਏ ਆ ਇਹਦਾ ਗੁਰਬਿਲਾਸ ਦੇ ਅੰਦਰ ਸ਼ਹੀਦੇ ਅੰਦਰ ਇਹ ਬਚਨ ਅੰਕਤ ਵੀ ਨੇ ਦੁਖੀਏ ਵਿੱਪਰ ਚੱਲ ਕਰ ਪਹੁੰਚੇ ਪੁਰੀ ਆਨੰਦ ਦੁਖੀ ਜਿਹੜੇ ਵਿੱਪਰ ਪੰਡਿਤ ਲੋਕ ਸਨ ਉਹ ਆਨੰਦਪੁਰ ਸੈ ਪਹੁੰਚੇ ਦੁਖੀਏ ਵਿੱਪਰ ਚੱਲ ਕਰ ਪਹੁੰਚੇ ਪੁਰੀ ਆਨੰਦ ਬਾਹ ਅ ਸਾਡੀ ਪਕੜੀਏ ਸ੍ਰੀ ਹਰਿ ਗੋਬਿੰਦ ਕੇ ਚੰਦ ਸ੍ਰੀ ਹਰਿ ਗੋਬਿੰਦ ਕੇ ਆਨੰਦ ਆਖਿਆ ਮਹਾਰਾਜ ਸਾਡੀ ਬਾਹ ਫੜੋ ਧੰਨ ਗੁਰੂ ਅਰਗੋਬਿੰਦ ਸਾਹਿਬ ਦੇ ਸੁਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੀ ਬਾਹ ਫੜੋ ਨਾ ਹੋਰ ਦੂਜਾ ਕੋਈ ਨਹੀਂ ਔਰ ਇੱਥੇ ਮੈਂ ਇੱਕ ਬਾਤ ਨਾਲ ਨਾਲ ਕਰਦਾ ਜਾਵਾਂ ਅਸੀਂ ਜਿਨ੍ਹਾਂ ਕੋਲ ਅੱਜ ਜਾ ਕੇ ਹੱਥ ਵਿਖਾਉਣ ਵਾਲਾ ਕੰਮ ਐ ਐਸਾ ਕੁਝ ਕਰਨ ਵਾਲਾ ਵਿਕੂ ਬਿਪਤਾ ਪੈਂਦੀ ਐ ਐਸਾ ਕੋਈ ਤੁਸੀਂ ਉਧਰ ਨੂੰ ਭਜਦੇ ਆਂ ਪਰ ਜਿੱਦਣ ਉਹਨਾਂ ਦੇ ਸਿਰ ਬਿਪਤਾ ਬਣੀ ਉਹ ਗੁਰੂ ਘਰ ਨੂੰ ਭੱਜੇ ਆ ਉਹ مالک ਦੇ ਘਰ ਨੂੰ ਆਏ ਤੇ ਅਸੀਂ ਉਲਟਾ ਉਧਾਂ ਦੇ ਉਧਰਲੇ ਪਾਸੇ ਨੂੰ ਜਾਂਦੇ। ਉਹ ਤਾਪ ਵਿਚਾਰਿਆਂ ਨੂੰ ਜਦੋਂ ਕਿਸੇ ਪਾਸੇ ਕੋਈ ਥਾਂ ਦਿੱਤਾ ਨਹੀਂ ਦਿੱਸਿਆ ਤੇ ਕੇਵਲ ਗੁਰੂ ਘਰ ਨਜ਼ਰ ਆਇਆ। ਔਰ ਗੁਰੂ ਦੇ ਦਰ ਤੋਂ ਉਹਨਾਂ ਨੂੰ ਆਸ ਸੀ ਮਸਲਾ ਹੱਲ ਹੋ ਸਕਦਾ। ਇੱਥੇ ਹੀ ਇੱਕ ਕਸਵੱਟੀ ਜਿਹੜੀ ਉਹ ਲੱਗੀ ਫਿਰ। ਕਿਰਪਾ ਰਾਮ ਜੋ ਇਹਨਾਂ ਦਾ ਆਗੂ ਸੀ ਤੇ ਕਿਰਪਾ ਰਾਮ ਦੇ ਮੁਤਲਕ ਲਿਖਿਆ ਹੈ ਬਈ ਉਹਦਾ ਪਿਸ਼ੋਕੜ ਕੀ ਆ? ਪਟਵਈਆਂ ਵਿੱਚ ਇੱਕ ਵਾਕ ਮਿਲਦਾ ਦੋ ਪੰਕਤੀਆਂ ਦਾ ਸਾਨੂੰ ਕਿਰਪਾ ਰਾਮ ਬੇਟਾ ਅਡੂ ਰਾਮ ਕਾ ਪੋਤਾ ਨਾਰਾਇਣ ਦਾਸ ਕਾ ਪਰਪੋਤਾ ਬ੍ਰਹਮ ਦਾਸ ਕਾ ਔਰ ਵੰਸ਼ ਠਾਕੁਰ ਦਾਸ ਭਾਰਦਵਾਜ ਕੀ ਇਹ ਸਾਨੂੰ ਸ਼ਬਦ ਮਿਲਦੇ ਆ ਜੋ ਪਟਵਈਆਂ ਨੇ ਉਹਨਾਂ ਦੇ ਵਿੱਚ ਹੁਣ ਇਹਦਾ ਭਾਵ ਹੈ ਕਿ ਜਿਹੜਾ ਬ੍ਰਹਮਦਾਸ ਜਾਂ ਬ੍ਰਹਮਦੱਤਾ ਆਪਾਂ ਕਹਿੰਨੇ ਜੋ ਕਸ਼ਮੀਰ ਦੇ ਵਿੱਚ ਮਟਨ ਦੀ ਧਰਤੀ ਤੇ ਅੱਜ ਆਪਾਂ ਉਹਨੂੰ ਮਟਨ ਸਾਹਿਬ ਕਹਿੰਨੇ ਆ ਸਥਾਨੀ ਗੁਰੂ ਘਰ ਬਹੁਤ ਸੁੰਦਰ ਬਣਿਆ ਮਟਨ ਸਾਹਿਬ ਗੁਰਦੁਆਰਾ ਮਟਨ ਸਾਹਿਬ ਉਸ ਥਾਂ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ ਬ੍ਰਹਮਦੱਤ ਬ੍ਰਹਮਦਾਸ ਬ੍ਰਹਮਦੱਤ ਸ਼ਬਦ ਵਰਤੇ ਜਾਂਦੇ ਉਹਦਾ ਸੁਪੁੱਤਰ ਆ ਅਗੋਂ ਨਾਰਾਇਣਦਾਸ ਨਾਰਾਇਣ ਦਾਤ ਨਾਰੈਣ ਦਾਤ ਦਾ ਅੱਗੋਂ ਪੁੱਤਰ ਆ ਅੜੂਰਾਮ ਪੁੱਤਰਾ ਹੋ ਗਿਆ ਬ੍ਰਹਮਦਾਸ ਦਾ ਤੇ ਅੜੂਰਾਮ ਦਾ ਅੱਗੋਂ ਪੁੱਤਰ ਆ ਕਿਰਪਾਰਾਮ ਜੋ ਪੜਪੋਤਰਾ ਲੱਗਦਾ ਬ੍ਰਹਮਦਾਤਾ ਔਰ ਇਹਦਾ ਬ੍ਰਹਮਦਾਦ ਦਾ ਪਿਤਾ ਸੀ ਠਾਕੁਰਦਾਸ ਤੋਂ ਇਹ ਸਾਨੂੰ ਪਟਵਈਆਂ ਦੇ ਵਿੱਚੋਂ ਉਹਨਾਂ ਦੇ ਪਿਸ਼ੋਕੜ ਦੇ ਬਾਬਤ ਜਾਣਕਾਰੀ ਮਿਲਦੀ ਹੈ ਹੁਣ ਉਹ ਜੋ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਤੇ ਮਹਾਰਾਜ ਨੇ ਜਿਹਦਾ ਇਹ ਵਿਮਾਨ ਲਾਇਆ ਕਿ ਪੜਪੜ ਗੱਡੀ ਲੱਦੀਆਂ ਪੜਪੜ ਭਰੀਆਂ ਸਾਤ ਪੜਪੜ 베ੜੀ ਪਾਈਆਂ ਪੜਪੜ ਗੱਡੀਆਂ ਖਾਤ ਪੜੀਆਂ ਜੇਤੇ ਬਰਸ ਬਰਸ ਪੜੀਆਂ ਜੇਤੇ ਮਾਸ ਨਾਨਕ ਲਿਖੇ ਇੱਕ ਗੱਲ ਹੋਰ ਹौं ਮੈਂ ਚਖਣਾ ਚਾਹ। ਉਹ ਹੁਣ ਉਹ ਨਾਲ ਆਗੂ ਜਦੋਂ ਕਿਤੇ ਨਾ ਨ ਸੁਣੀ ਗਈ ਉਹਨੋਂ ਨਾਲ ਦੇ ਕਹਿੰਦੇ ਸਨ ਹੁਣ ਕੀ ਬਣੂ ਵੀ ਟਾਈਮ ਤੇ ਨੇੜੇ ਆ ਗਿਆ ਜਿਹੜਾ ਟਾਈਮ ਲਿਆ ਸੀ ਜੋ ਆਪਾਂ ਮੌਲਤ ਲਈ ਸੀ ਔਰੰਗਜ਼ੇਬ ਤੋਂ ਉਤੇ ਸਮਾਂ ਜੋ ਉਹਨਾਂ ਨੇ ਉਸ ਵਕਤ ਸੂਬਾ ਬਣਾਇਆ ਕਸ਼ਮੀਰ ਦਾ ਵੀ ਉੱਤੋਂ ਜੋ ਮੌਲਤ ਲਈ ਸੀ ਉਤੇ ਸਮਾਪਤ ਹੋ ਚੱਲੀ ਹੈ ਹੁਣ ਕੀ ਬਣੂ ਹੁਣ ਕਿੱਥੇ ਜਾਵਾਂਗੇ ਹੁਣ ਤਾਂ ਕੋ ਥਾਂ ਨਹੀਂ ਦੀਦੀ ਉਹਦਣ ਕਿਰਪਾ RAM ਨੇ ਆਖਿਆ ਸੀ ਇੱਕ ਥਾਂ ਹੈਗੀ ਹੈ ਤੇ ਉਹ ਜਿਹਦੀ ਬਾਹ ਫੜ ਲਵੇ ਉਹ ਫਿਰ ਮਾਲਕ ਛੱਡਦਾ ਨਹੀਂ ਇਹ ਉਸ ਦਾਤੇ ਦੇ ਦਰ ਦਾ ਭਰੋਸਾ ਹੈ ਤੋਂ ਆਪਾਂ ਇਹ ਬਾਕੀ ਬਚਨ ਜਿਹੜੇ ਸ਼ਹਾਦਤ ਦੇ ਇਤਿਹਾਸ ਵਿੱਚ ਸਾਂਝੇ ਕਰਾਂਗੇ ਜਦੋਂ ਸਤਗੁਰਾਂ ਨੂੰ ਪਤਾ ਹੈ ਨਾ ਕਿ ਅਸੀਂ ਹੁਣ ਜਾਣਾ ਆ ਦਿੱਲੀ ਦੀ ਧਰਤੀ ਤੇ ਔਰ ਇਹ ਵੀ ਪਤਾ ਹੈ ਕਿ ਵਰਤਾਰਾ ਕੀ ਵਰਤਣਾ ਹੈ ਤਾਂ ਮਹਾਰਾਜ ਨੇ ਇੱਕ ਸਵੱਟੀ ਸੀ ਜਿਵੇਂ ਪਹਿਲੇ ਜਾਮਿਆਂ ਵਿੱਚ ਲੱਗਦੀ ਆਈ ਔਰ ਇਹ ਗੁਰੂ ਘਰ ਦਾ ਸਿਧਾਂਤ ਰਿਹਾ ਹੈ ਅਮਰਿਆਦਾ ਰਹੀ ਹੈ ਕਿ ਮਹਾਰਾਜ ਨੇ ਆਪਣੇ ਸਰੀਰ ਕਹਿਆਤੀ ਦੇ ਵਿੱਚ ਹੁੰਦਿਆਂ ਹੀ ਸਿਲੈਕਸ਼ਨ ਕਰ ਦਿੱਤੀ ਇਲੈਕਟ ਨਹੀਂ ਕੀਤਾ ਸਿਲੈਕਟ ਕੀਤਾ ਇਲੈਕਸ਼ਨ ਵਾਲਾ ਸਿਸਟਮ ਨਹੀਂ ਸੀ ਗੁਰੂ ਘਰ ਵਿੱਚ ਸਿਲੈਕਸ਼ਨ ਵਾਲਾ ਸੀ ਤੋਂ ਉਹ ਗੁਰੂ ਨਾਨਕ ਸਾਹਿਬ ਨੇ ਸਰੀਰ ਕਹਿਆਤੀ ਵਿੱਚ ਹੁੰਦਿਆਂ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਥਾਪ ਦਿੱਤਾ ਗੁਰੂ ਅੰਗਦ ਦੇ ਪਾਤਸ਼ਾਹ ਨੇ ਸਰੀਰ ਕਹਿਆਤੀ ਵਿੱਚ ਹੁੰਦਿਆਂ ਗੁਰੂ ਅਮਰਦਾਸ ਜੀ ਨੂੰ ਥਾਪਿਆ ਇਹ ਬਚਨ ਆਪਾਂ ਨੂੰ ਮਿਲਦਾ ਆ ਥਾਪਿਆ ਲੈਣਾ ਜੀਵਨ ਦਾ ਗੁਰਿਆਈ ਸਿਰ ਛੱਤਰ ਫਿਰ ਆਇਆ ਬਚਨ ਪੜ੍ਹਦੇ ਨਾ ਆਪਾਂ ਆਪਣੇ ਸਰੀਰ ਕਹਿਆਤੀ ਵਿੱਚ ਹੁੰਦਿਆਂ ਹੀ ਸਹਿ ਟਿੱਕਾ ਦਿੱਤੋ ਸ ਜੀਵਨ ਦਾ ਬਾਬਾ ਸੱਤਾ ਬਲਵੰਡ ਜੀ RAM ਕਲੀ ਵਰ ਜਿਹੜੀ ਅੱਠ ਪੌੜੀਆਂ ਨੇ ਉਹਨਾਂ ਦੀ ਵਾਰ ਉੱਥੇ ਵਚਨ ਆਇਆ ਤਾਂ ਅੱਜ ਮਹਾਰਾਜ ਨੇ ਹੁਣ ਇੱਕ ਸਵੱਟੀ ਸੀ ਦਾਤੇ ਨੂੰ ਜਦੋਂ ਮਹਾਰਾਜ ਆਏ ਅਤੇ ਦੇਖਿਓ ਬੈਠੇ ਨੇ ਬੜੇ ਉਦਾਸ ਪੰਡਿਤ ਜਨ ਜਿਹੜੇ ਸਨ ਉਹਨਾਂ ਦੀ ਵੇਸ਼ ਪੂਛਾ ਵੇਖੀ ਪਿਤਾ ਜੀ ਇਹ ਕੌਣ ਨੇ ਕਿੰਦੇ ਦੁਖੀਏ ਵਿਪਰ ਨੇ ਮਾਰੇ ਦੀ ਝੋਲੀ ਚਾ ਕੇ ਬਹਿ ਗਏ ਗੁਰੂ ਕਲਗੀ ਧਰ ਸਾਹਿਬ ਔਰ ਇਹ ਨਾ ਸਾਡੇ ਵਰਗਿਆਂ ਨੂੰ ਥੋੜਾ ਜਿਹਾ ਲੱਗਦਾ ਅਸੀਂ ਮਤਲਬ ਕੋਈ ਜੀ ਚਾਰ ਜੀ ਬੈਠੇ ਹੁਣ ਸਾਡੀ ਗੋਚ ਚ ਆ ਕੇ ਬੱਚਾ ਵਹਿ ਜੂ ਦੀ ਵਿਸਾ ਨਹੀਂ ਜੀ ਐ ਠੀਕ ਥੋੜੀ ਮਹਾਰਾਜ ਤਨ ਰੰਕਾਰ ਦਾ ਸਰੂਪ ਆ ਵਿਖਾਵੇ ਸਾਡੇ ਵਰਗੇ ਅਧੂਰੀਆਂ ਨੂੰ ਕਰਨੇ ਪੈਂਦੇ ਮਾਰੇ ਤਾਂ ਪਰਵਾਰਕ ਜੀਵਨ ਵਾਲੇ ਸਨ ਉਹਨੋਂ ਜਦੋਂ ਆਖਿਆ ਦੁਖੀਏ ਵਿਪਰ ਨੇ ਇਹਨਾਂ ਦਾ ਧੱਕੇ ਨਾਲ ਔਰੰਗਜੇਬ ਧਰਮ ਜਿਹੜਾ ਉਹ ਤਬਦੀਲ ਕਰਨਾ ਚਾਹੁੰਦਾ ਤੇ ਮਹਾਰਾਜ ਨੇ ਪਹਿਲੇ ਹੀ ਬਚਨ ਆਖਿਆ ਕਲਗੀਧਰ ਪਿਤਾ ਨੇ ਕਹਿੰਦੇ ਜੀ ਧੱਕਾ ਤਾਂ ਗਲਤ ਹੈ ਧੱਕਾ ਨਹੀਂ ਹੋਣਾ ਚਾਹੀਦਾ ਇਹ ਤਾਂ ਜ਼ੁਲਮ ਹੈ ਔਰ ਇਹ ਜਦੋਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਇਹਦੀ ਸਭ ਨਾਲੋਂ ਪਹਿਲੀ ਆਵਾਜ਼ ਜਿਹੜੀ ਉਹ ਗੁਰੂ ਘਰ ਤੋਂ ਬੁਲੰਦ ਹੋਈ ਆ ਤੇ ਹਿਊਮਨ ਰਾਈਟਸ ਦੇ ਜਿਹੜੇ ਅਸਲ ਪਿਤਾਮਾ ਨੇ ਮਨੁੱਖੀ ਅਧਿਕਾਰਾਂ ਦੇ ਉਹ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਗੁਰੂ ਘਰ ਹੈ ਕਿ ਜਿੱਥੇ ਦੂਸਰੇ ਦੇ ਹੱਕਾਂ ਦੀ ਰਾਖੀ ਹੋਵੇ ਮਨੁੱਖਤਾ ਦਾ ਕਾਨ ਨਾ ਹੋਵੇ ਕੋਈ ਜ਼ੁਲਮ ਨਾ ਹੋਵੇ ਉਥੇ ਆਖਿਆ ਵੀ ਇਹ ਹੁਣ ਆਏ ਨੇ ਵੀ ਕੋਈ ਉਸ ਜ਼ੁਲਮ ਨੂੰ ਰੋਕਣ ਵਾਸਤੇ ਕੋ ਪਵਿੱਤਰ ਖੂਨ ਦੇਵੇ ਕੋਈ ਬਲੀਦਾਨ ਦੇਵੇ ਸ਼ਹਾਦਤ ਦੇਵੇ ਤਾਂ ਹੋ ਸਕਦਾ ਤਾਂ ਇੱਕ ਕਸਵੱਟੀ ਸੀ ਗੁਰਤਾ ਗੱਦੀ ਦੇਣ ਲਈ ਆਖਿਆ ਜੀ ਤੁਹਾਡੇ ਨਾਲੋਂ ਪਵਿੱਤਰ ਆਤਮਾ ਕੌਣ ਹੋ ਸਕਦੀ ਮਹਾਰਾਜ ਥਾਪੜਾ ਦੇ ਕੇ ਬੜੇ ਪ੍ਰਸੰਨ ਹੋਏ ਮਹਾਰਾਜ ਕਹਿੰਦੇ ਜੀ ਦਾ ਤੁਹਾਡੇ ਵਰਗਾ ਪੁੱਤਰ ਹੋਵੇ ਆਗਿਆਕਾਰ ਉਹਨੂੰ ਫਿਰ ਕਿਸੇ ਗੱਲ ਦਾ ਕੀ ਖਿਆਲ ਹੋ ਸਕਦਾ ਤਾਂ ਇਹ ਹੁਣ ਜਦੋਂ ਅਸੀਂ ਗੁਰਤਾ ਗੱਦੀ ਦੀ ਗੱਲ ਕਰਦੇ ਹਾਂ ਮਰਿਆਦਾ ਨਿਭਾਈ ਗਈ ਆ ਭਾਵੇਂ ਤਖਤ ਤੇ ਮਹਾਰਾਜ ਬਾਅਦ ਵਿੱਚ ਬੈਠੇ ਆ ਸ਼ਹਾਦਤ ਤੋਂ ਬਾਅਦ ਲੇਕਿਨ ਮਰਿਆਦਾ ਨਿਭਾਈ ਗਈ ਤੇ ਗੁਰਤਾ ਗੱਦੀ ਦੀ ਮਰਿਆਦਾ ਜਿਹੜੀ ਸੀ ਉਸ ਵਕਤ ਬਾਬਾ ਬੁੱਢਾ ਜੀ ਹੋਣਾ ਦੀ ਅੰਸਵੰਸ ਦੇ ਵਿੱਚੋਂ ਨੇ ਬਾਬਾ RAM ਕੋਇਰ ਜੀ ਤੇ ਬਾਬਾ RAM ਕੋਇਰ ਜੀ ਦੀ ਉਮਰਾ ਉਸ ਵਕਤ ਕੇਵਲ 4 ਸਾਲ ਦੀ ਸੀ ਪਰ ਇਸ ਦੇ ਬਾਵਜੂਦ 40 ਸਾਲਾਂ ਦੀ ਆਰਬਲਾ ਬਾਬਾ ਰਾਮਕੋਇਰ ਜੀ ਹੋਣਾ ਦੀ ਜਿਹੜੇ ਅਮਰਦੀ ਦਾਤ ਪ੍ਰਾਪਤ ਕਰ ਬਾਅਦ ਵਿੱਚ ਬਾਬਾ ਗੁਰਬਖਸ਼ ਸਿੰਘ ਵੀ ਉਹਨਾਂ ਦਾ ਨਾਮ ਅਸੀਂ ਪੜਦੇ ਹਾਂ ਰਾਮਕੋਇਰ ਜੀ ਉਹਨਾਂ ਨੂੰ ਕਿਉਂਕਿ ਬਾਬਾ ਬੁੱਢਾ ਜੀ ਹੋਣਾ ਦੀ ਅਨਸਬੰਸ ਨੇ ਪਹਿਲੇ ਜਾਮੇ ਜਦੋਂ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਗੁਰਤਾਗ ਦੀ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਦਿੱਤੀ ਹੈ ਤਾਂ ਉਦੋਂ ਮਰਿਆਦਾ ਬਾਬਾ ਬੁੱਢਾ ਜੀ ਹੋਣਾ ਨੇ ਨਿਭਾਈ ਬਾਬਾ ਬੁੱਢਾ ਜੀ ਹੋਣਾ ਨੇ ਛੇਵੇਂ ਜਾਮੇ ਤੱਕ ਗੁਰਤਾ ਗੱਦੀ ਦਾ ਜਿਹੜਾ ਮਰਿਆਦਾ ਹੈ ਤਿਲਕ ਉਹਨਾਂ ਨੇ ਦਿੱਤਾ। ਉਤੋਂ ਬਾਅਦ ਫਿਰ 7ਵੇਂ 8ਵੇਂ 9ਵੇਂ ਪਾਤਸ਼ਾਹ ਤੇ ਫਿਰ ਹੁਣ 10ਵੇਂ ਪਾਤਸ਼ਾਹ ਇਹ ਉਹਨਾਂ ਦੀ ਅਨਸਬੰਸ ਨੇ ਸੇਵਾ ਕੀਤੀ। ਉਹਦੇ ਵਿੱਚ ਭਾਈ ਭਾਨਾ ਜੀ ਨੇ ਜੋ ਬਾਬਾ ਡਾ ਜੀ ਉਹਨਾਂ ਦੇ ਸੁਪੁੱਤਰ ਸਨ ਅੱਗੋਂ ਫਿਰ ਬਾਬਾ ਗੁਰਦਿੱਤਾ ਜੀ ਹੁਣ ਹੀ ਨੇ ਇਸ ਤਰ੍ਹਾਂ ਫਿਰ ਬਾਬਾ ਰਾਮ ਕੋਇਰ ਜੀ ਉਹਨਾਂ ਦੀ ਬਾਤ ਚੱਲਦੀ। ਤਾਂ ਉਹਨਾਂ ਨੂੰ ਹੋਣਾ ਕਿਉਂਕਿ ਸੇਵਾ ਉਹਨਾਂ ਨੇ ਕਰਨੀ ਹੈ ਇਸੇ ਕਰਕੇ 4 ਸਾਲਾਂ ਦੀ ਆਰਬਲਾ ਉਹਨਾਂ ਨੂੰ ਸੁਨੇਹਾ ਭੇਜਿਆ ਗਿਆ ਔਰ ਉਹ ਚੱਲ ਕਰਕੇ ਆਇਆ ਔਰ ਧੰਗੁਰੂ ਕਲਗੀ ਤਰ ਸਾਹਿਬ ਦੀ ਸੇਵਾ ਦੇ ਵਿੱਚ ਇੱਕ ਬੜਾ ਸੁੰਦਰ ਘੋੜਾ ਬਾਬਾ ਬੁੱਢਾ ਜੀ ਹੋਣਾਂ ਦੇ ਪਰਿਵਾਰ ਵੱਲੋਂ ਇੱਕ ਸੁੰਦਰ ਕਲਗੀ ਔਰ ਇੱਕ ਸ਼ਸਤਰ ਤੇ ਕੁਝ ਮੋਹਰਾਂ ਇਹ ਕੁਝ ਮਾਲਕ ਦੇ ਚਰਨਾਂ ਵਿੱਚ ਭੇਂਟ ਕੀਤਾ ਗਿਆ ਮੱਥਾ ਟੇਕਿਆ ਗਿਆ ਤੇ ਚੌ ਸਾਲਾਂ ਦੇ ਸਾਨੂੰ ਉਹਨਾਂ ਨੂੰ ਇਸ ਤਰ੍ਹਾਂ ਪਕੜ ਕੇ ਨੇੜੇ ਕਰਕੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੀ ਦਿਵਸ ਜਿਹੜੀ ਹੈ ਉਹ ਮਰਿਆਦਾ ਇਸ ਤਰ੍ਹਾਂ ਆਨੰਦਪੁਰ ਸਾਹਿਬ ਦੀ ਤਰਤੀ ਤੇ ਨਿਭੀ ਹੈ। ਔਰ ਤਖਤ ਤੇ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਬਾਅਦ ਵਿੱਚ ਆ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਔਰ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਬਣਿਆ 9 ਸਾਲ ਦੀ ਆਰਬਲਾ ਦੇ ਵਿੱਚ ਤੇ ਹੁਣ ਅੱਜ ਤੁਸੀਂ ਸੰਸਾਰ ਤੇ ਵੇਖਦੇ ਹੋ ਜਗਤ ਤੇ ਵੇਖਦੇ ਹੋ ਕੋਈ ਬੰਦਾ ਕਿਸੇ ਪਦਵੀ ਨੂੰ ਸੰਭਾਲਦਾ ਆ ਕਿਸੇ ਪਦਵੀ ਦਾ ਮਾਲਕ ਬਣਦਾ ਆ ਤਾਂ ਉਹਨੂੰ ਲੋਕ ਲੈ ਕੇ ਆਉਂਦੇ ਆ ਫਲਾਵਰ ਕੋਈ ਲੈ ਕੇ ਆਉਂਦਾ ਬਈ ਬੁੱਕਾ ਜਿਹੜਾ ਆ ਉਹ ਫਲਾਵਰਜ਼ ਦਾ ਅਸੀਂ ਇਹ ਦਿਆਂਗੇ ਜੀ ਤੁਹਾਨੂੰ ਅ ਮੁਬਾਰਕਾਂ ਜੀ ਤੁਸੀਂ ਇਸ ਪਦਵੀ ਦੇ ਮਾਲਕ ਬਣੇ ਐਸਾ ਕੁਝ ਹੈ ਕੀ ਕੀ ਤੋਹਫੇ ਜਿਹੜੇ ਨੇ ਉਹ ਲੋਕ ਲੈ ਲੈ ਕੇ ਹੁੰਦੇ ਆ ਅੱਗੇ ਜਾਂਦੇ ਉਹਨਾਂ ਨੂੰ ਐ ਮੁਬਾਰਕਾਂ ਦਿੰਦੇ ਆ ਪਰ ਜਿੱਦਣ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਜਿਹੜਾ ਹੈ ਤਖਤ ਤੇ ਬੈਠੇ ਆ ਉਹਨਾਂ ਨੂੰ ਜਿਹੜਾ ਸਭ ਨਾਲੋਂ ਪਹਿਲਾ ਤੋਹਫਾ ਮਿਲਿਆ ਨਾ ਉਹ ਬੜਾ ਵਿਲੱਖਣ ਸੀ ਔਰ ਵਿਲੱਖਣ ਕੀ ਸੀ ਉਹ ਸੀ ਆਪਣੇ ਹੀ ਉਹਨਾਂ ਦੇ ਪਿਤਾ ਦਾ ਸੀਸ ਤੇ ਜਿਹਦੇ ਨਾਲ ਧੜਕੋਈ ਨਹੀਂ ਸੀ ਇਹ ਵੀ ਧਿਆਨ ਕਰਨਾ ਇਹ ਪਹਿਲਾ ਉਹਨਾਂ ਦੇ ਵਾਸਤੇ ਤੋਹਫਾ ਸੀ ਤਖਤ ਤੇ ਬੈਠਦੇ ਆ ਕਿ ਉਹਨਾਂ ਦੇ ਪਿਤਾ ਦਾ ਸੀਸ ਉਹਨਾਂ ਦੇ ਕੋਲ ਚੱਲ ਕੇ ਆ ਦਿੱਲੀ ਦਿੱਲੀ ਤੋਂ ਲਿਆਂਦਾ ਗਿਆ ਔਰ ਜਿਹਦੇ ਨਾਲ ਧੜ ਨਹੀਂ ਹੈ ਇਹ ਚੋਜੀ ਪ੍ਰੀਤਮ ਧੰਨ ਗੁਰੂ ਕਲਗੀ ਤਰਪਾਚਾ ਮਹਾਰਾਜ ਦੇ ਚੋਜ ਨੇ ਉਹਦੀਆਂ ਖੇਡਾਂ ਵੀ ਵੱਖਰੀਆਂ ਔਰ ਮਹਾਰਾਜ ਤਖਤ ਤੇ ਬੈਠੇ ਇੱਕ ਗੁਰੂ ਘਰ ਦੀ ਮਰਿਆਦਾ ਰਹੀ ਪਹਿਲੇ ਜਾਮੇ ਤੋਂ ਲੈ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਇੱਕ ਵਚਨ ਲਿਖਿਆ ਉਹ ਕਹਿੰਦੇ ਦੁਨਿਆਵੀ ਬਾਦਸ਼ਾਹ ਜਿਹੜਾ ਨਾ ਉਹ ਤਖਤ ਤੇ ਜਦੋਂ ਬਦਲਦਾ ਭਾਵੇਂ ਇੱਕ ਤੋਂ ਬਾਅਦ ਦੂਜਾ ਬੈਂਦਾ ਤੇ ਕੀ ਹੁੰਦਾ ਕਹਿੰਦੇ ਦੁਨਿਆਵੀ ਪਾਤਸ਼ਾਹ ਹੋਏ ਦੇ ਮਰੈ ਪੁੱਤੈ ਪਾਤਸ਼ਾਹੀ ਦੋਹੀ ਫੇਰੈ ਆਪਣੀ ਕਹਿੰਦੇ ਉਹ ਹੁਣਾਂ ਕੀ ਕਰਦਾ ਆ ਕਿ ਜਦੋਂ ਇੱਕ ਤਾਂ ਮਰਨ ਤੋਂ ਬਾਅਦ ਬਹਿਣਾ ਕਿਸੇ ਨੇ ਇਹ ਗੁਰੂ ਘਰ ਦਾ ਹੀ ਸਿਧਾਂਤ ਰਿਆ ਵੀ ਸਤਗੁਰਾਂ ਨੇ ਆਪਣੇ ਸਰੀਰ ਕਹਾਤੀ ਵਿੱਚ ਹੁੰਦਿਆਂ ਹੀ ਆਪਣੇ ਵਾਰਿਸ ਨੂੰ ਤਖਤ ਤੇ ਬਿਠਾ ਦਿੱਤਾ ਔਰ ਦੂਸਰਾ ਉਹ ਹੁੰਦਾ ਹੈ ਕਿ ਆਪਾਂ ਬਹੁਤ ਸਾਰੇ ਹੁਣ ਤੁਸੀਂ ਕਰੰਸੀ ਵੇਖਦੇ ਹੋ ਜਦੋਂ ਰਜਵਾੜਾ ਸ਼ਾਹੀ ਰਹੀ ਹੈ ਜਿਹੜਾ ਜਮੂਰੇ ਪਾਤਸ਼ਾਹੀ ਭਾਵੇਂ ਰਾਜਿਆਂ ਮਹਾਰਾਜਿਆਂ ਵਾਲਾ ਰਾਜ ਰਿਹਾ ਕੋਪਾ ਕਰੰਸੀ ਵੇਖਦੇ ਆ ਜਿਹੜਾ ਤਖਤ ਤੇ ਬੈਠਾ ਉਹਨੇ ਫਿਰ ਆਪਣੇ ਨਾਂ ਦੀ ਛਪਾਉਣੀ ਸ਼ੁਰੂ ਪਈ ਅਜ ਤੋਂ ਆ ਫੋਟੋ ਟਾ ਦਿਓ ਆ ਕਰ ਦਿਓ ਅਜ ਆਪ ਲੋਕਤੰਤਰ ਚ ਵੀ ਵੇਖਦੇ ਆ ਸਰਕਾਰੀ ਦਫ਼ਤਰਾਂ ਚ ਵਜ਼ਾਰਤਾਂ ਬਦਲਦੀਆਂ ਫੋਟੋਆਂ ਬਦਲ ਜਾਂਦੀਆਂ ਪਹਿਲਾਂ ਉਹਨਾਂ ਨੇ ਉੱਥੇ ਕਿਸੇ ਹੋਰ ਦੀ ਲਿਆ ਜਦੋਂ ਬਦਲ ਗਿਆ ਦੂਸਰੇ ਦੀ ਲਾ ਦਿੰਦੇ ਹੁਕਮ ਚੱਲਦਾ ਉਹ ਪਹਿਲਿਆਂ ਦੇ ਲਾਗੂ ਕੀਤੇ ਹਟਾਉਂਦੇ ਆ ਦੂਸਰਿਆਂ ਦੇ ਲਾਉਂਦੇ ਆ ਪਰ ਇੱਥੇ ਜੋ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਲਾਗੂ ਕੀਤਾ ਕੋਈ ਦਸਾਂ ਜਾਮਿਆਂ ਵਿੱਚ ਸਤ ਸੰਗਤ ਦੀ ਟਕਸਾਲ ਨਾਮ ਦਾ ਸਿੱਕਾ ਘੜਿਆ ਗਿਆ ਉਹੀ ਪਰਮੇਸ਼ਰ ਦੇ ਨਾਮ ਦੀ ਓਟ ਆਸਰੇ ਦੀ ਬਾਤ ਕੋਈ ਦੂਜੀ ਗੱਲ ਨਾ ਹੋਈ ਐਸੀਆਂ ਰਹਿਮਤਾਂ ਐਸੀਆਂ ਬਖਸ਼ਿਸ਼ਾਂ ਧੰਨ ਗੁਰੂ ਕਲਗੀ ਤਰਸੈਬ ਮਹਾਰਾਜ ਤਖਤ ਤੇ ਬੈਠੇ ਜੋ ਬਾਦਸ਼ਾਹੀ ਨੇ ਦਰਵੇਸ਼ ਵੀ ਨੇ ਤੇ ਫਿਰ ਮਹਾਰਾਜ ਨੇ ਤਖਤ ਤੇ ਬੈਠ ਕੇ ਕੈਸੀਆਂ ਰਹਿਮਤਾਂ ਕੈਸੀਆਂ ਬਖਸ਼ਿਸ਼ਾਂ ਕੀਤੀਆਂ ਉਹ ਆਪਾਂ ਜਦੋਂ ਇਤਿਹਾਸ ਪੜ੍ਹਦੇ ਆਂ ਤੇ ਪੜਨ ਸੁਣਨ ਵਾਲੇ ਵੀ ਹੈਰਾਨ ਰਹਿ ਜਾਂਦੇ ਆ ਕਿ ਤੱਕ ਉਹ ਹਵਾ ਦੇ ਘੋੜੇ ਤੇ ਚੜ੍ਹ ਕੇ ਵੀ ਜੇ ਇਹਨੂੰ ਵਾਚਣ ਦਾ ਯਤਨ ਕਰੇ ਤੇ ਤਾਂ ਵੀ ਨਹੀਂ ਪਹੁੰਚ ਸਕਦਾ ਤੋਂ ਉਹ ਦਾਤਾ ਧੰਨ ਗੁਰੂ ਕਲਗੀ ਸਰ ਸੈ ਮਹਾਰਾਜ ਦੇ ਗੁਰਤਾ ਗਦੀ ਦਿਵਸ ਦੀਆਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਦਕੀਆਂ ਕਦਾ ਕਹਾਣੀਆਂ